ਚੰਡੀਗੜ੍ਹ 에어ਪੋਰਟ ਤੇ ਕੰਗਣਾ ਰੋਨਕ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਨੂੰ ਵਾਤਲ ਕਰ ਦਿੱਤਾ ਗਿਆ। ਇਸ ਹਮਲੇ ਨੂੰ ਲੈ ਕੇ ਕੰਗਣਾ ਦੀ ਭੈਣ ਰੰਗੋਲੀ ਦਾ ਵੀ ਹੁਣ ਬਿਆਨ ਸਾਹਮਣੇ ਆ ਗਿਆ। ਰੰਗੋਲੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸਾਂਝਾ ਕਰਦੇ ਹੋਏ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸ ਦਿੱਤਾ। ਉਸ ਨੇ ਲਿਖਿਆ ਕਿ ਮੇਰੀ ਭੈਣ ਕੰਗਣਾ ਬਹੁਤ ਮਜ਼ਬੂਤ ਹੈ ਤੇ ਉਹ ਇਸ ਮਾਮਲੇ ਨੂੰ ਖੁਦ ਸੰਭਾਲ ਲਵੇਗੀ। ਰੰਗੋਲੀ ਨੇ ਇਸ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ ਤੇ ਨਿਸ਼ਾਨਾ ਸਾਧਿਆ। ਰੰਗੋਲੀ ਨੇ ਆਪਣੇ ਸਟੋਰੀ ਤੇ ਲਿਖਿਆ ਖਾਲਿਸਤਾਨੀਓ ਬਸ ਇਹੀ ਔਕਾਤ ਹੈ ਤੁਹਾਡੀ। ਪਿੱ ਬਣਾ ਕੇ ਹਮਲਾ ਕਰਨਾ ਪਰ ਮੇਰੀ ਭੈਣ ਦੀ ਰੀਡ ਦੀ ਹੱਡੀ ਬਹੁਤ ਮਜ਼ਬੂਤ ਹੈ ਉਹ ਇਸ ਨੂੰ ਖੁਦ ਸੰਭਾਲ ਲਵੇਗੀ ਪਰ ਪੰਜਾਬ ਤੇਰਾ ਕੀ ਬਣੇਗਾ ਇਹ ਇੱਕ ਵਾਰ ਫਿਰ ਸਾਬਿਤ ਹੋ ਗਿਆ ਕਿ ਕਿਸਾਨ ਅੰਦੋਲਨ ਖਾਲਿਸਤਾਨੀ ਅਡਾ ਸੀ ਇਹ ਗੰਭੀਰ ਸੁਰੱਖਿਆ ਖਤਰਾ ਇਸ ਨੂੰ ਉੱਪਰ ਲੈ ਜਾਣ ਦੀ ਲੋੜ ਹੈ ਜੀ ਹਾਂ ਇਸ ਤੋਂ ਇਲਾਵਾ ਰੰਗੋਲੀ ਨੇ ਇੱਕ ਹੋਰ ਸਟੋਰੀ ਪੋਸਟ ਕੀਤੀ ਰੰਗੋਲੀ ਨੇ ਦੂਜੀ ਸਟੋਰੀ ਤੇ ਲਿਖਿਆ ਕਿ ਕੰਗਣਾ ਨੇ ਇਹ ਬਿਆਨ ਖਾਲਿਸਤਾਨੀਆਂ ਦੇ ਲਈ ਦਿੱਤਾ ਸੀ ਕਿ ਉਹ ਔਰਤ ਖਾਲਿਸਤਾਨੀ ਹੈ ਮੈਲਾ ਸਪਾਈ ਨੂੰ ਮੁਅਤਲ ਕਰਨ ਤੇ ਰੰਗੋਲੀ ਨੇ ਲਿਖਿਆ ਉਸ ਨੂੰ ਮੁਅਤਲ ਕਰਨ ਨਾਲ ਕੋਈ ਫਰਕ ਨਹੀਂ ਪਏਗਾ ਖਾਲਿਸਤਾਨੀਆਂ ਤੋਂ ਵੱਡੀ ਰਕਮ ਆਈ ਹੋਵੇਗੀ ਰਿਮਾਂਡ ਤੇ ਲੈਣਾ ਹੋਵੇਗਾ ਰੰਗੋਲੀ ਨੇ ਸਥੱਪੜ ਦੀ ਘਟਨਾ ਦੀ ਇੰਦਰਾ ਗਾਂਧੀ ਤੇ ਹੋਏ ਹਮਲੇ ਨਾਲ ਤੁਲਨਾ ਕਰਦੇ ਹੋਏ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇਸ ਸੀਐਸਐਫ ਮੈਲਾ ਸਪਾਈ ਦੇ ਭਰਾ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਸਨੇ ਕਿਹਾ ਸੀ ਕਿ ਉਸਦੀ ਭੈਣ ਜੋ ਹੈ ਉਹ ਆਪਣੇ ਭੈਣ ਦੇ ਨਾਲ ਖੜਾ ਹੈ ਮੈਲਾ ਕਨਸਟੇਬਲ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹਿਵਾਲ ਨੇ ਦੱਸਿਆ ਸੀ ਕਿ ਉਹਨਾਂ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਚੰਡੀਗੜ੍ਹ 에어ਪੋਰਟ ਤੇ ਕੁਝ ਹੋਇਆ ਹੈ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਘਟਨਾ ਕੰਗਨਾ ਦੇ ਮੋਬਾਈਲ ਤੇ ਪਰਸ ਦੀ ਚੈਕਿੰਗ ਦੌਰਾਨ ਵਾਪਰੀ ਸੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ